ਹਾਂਜੀ ਰੈਡੀ ਸਟੂਡੈਂਟ ਅੱਜ ਜਿਸ ਹੁਣ ਅਸੀਂ ਕਰਦੇ ਹਾਂ 16ਵੀਂ ਸਦੀ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਬਾਰੇ ਕੁਐਸਚਨ ਹੈ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦੀ ਰਾਜਨੀਤਿਕ ਦਸ਼ਾ ਕਿਹੋ ਜਿਹੀ ਸੀ ਜਾਂ ਕਹਿ ਸਕਦੇ ਹਾਂ ਬਾਬਰ ਦੇ ਹਮਲੇ ਸਮੇਂ ਪੰਜਾਬ ਦੀ ਰਾਜਨੀਤਿਕ ਸਥਿਤੀ ਕਿਹੋ ਜਿਹੀ ਸੀ ਉੱਤਰ ਹੈ ਬਹੁਤ ਤਰਸਜੋਗ ਅਗਲਾ ਕੁਐਸਚਨ ਹੈ ਪੰਜਾਬ ਦੀ ਰਾਜਨੀਤਿਕ ਦਿਸ਼ਾ ਦਸ਼ਾ ਪੰਜਾਬ ਦੀ ਰਾਜਨੀਤਿਕ ਦਸ਼ਾ ਦੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਕੀ ਪਰਮਾਉਂਦੇ ਹਨ ਉੱਤਰ ਹੈ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਹਰ ਪਾਸੇ ਝੂਠ ਅਤੇ ਰਿਸ਼ਵਤ ਦਾ ਬੋਲਬਾਲਾ ਸੀ ਅਗਲਾ ਕੁਐਸਚਨ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਦਿੱਲੀ ਉੱਤੇ ਕਿਹੜੇ ਸੁਲਤਾਨ ਦਾ ਸ਼ਾਸਨ ਸੀ ਜਾਂ ਕੁਐਸਚਨ ਆ ਸਕਦਾ ਹੈ ਲੋਧੀ ਵੰਸ਼ ਦਾ ਮੋਢੀ ਕੌਣ ਸੀ ਉੱਤਰ ਹੈ ਬਹਿਲੋਲ ਲੋਧੀ ਅਗਲਾ ਕੁਐਸਚਨ ਹੈ ਬਹਿਲੋਲ ਲੋਧੀ ਦਾ ਉਤਰਾਧਿਕਾਰੀ ਕੌਣ ਬਣਿਆ ਉੱਤਰ ਹੈ ਸਿਕੰਦਰ ਲੋਧੀ ਅਗਲਾ ਕੁਐਸਚਨ ਹੈ ਸਿਕੰਦਰ ਲੋਧੀ ਕੌਣ ਸੀ उत्तर है ओह चौदह सौ नानवे ईस्वी तो पंद्रह सौ सतारा ईस्वी तक भारत का सुल्तान रहा अगला क्वेश्चन है सिकंदर कदो लोधी कदों सिंघासन पर बैठा सी उत्तर है चौदह सौ नानवे ईस्वी में अगला क्वेश्चन है इब्राहिम लोधी कदों सिघासन पर बैठा सी उत्तर है पंद्रह सौ सतारा ईस्वी अगला क्वेश्चन है लोधी वंश का अंतिम सुल्तान कौन सी उत्तर है इब्राहिम लोधी अगला क्वेश्चन है ਦੌਲਤਖਾਨ ਲੋਦੀ ਕੌਣ ਸੀ ਉੱਤਰ ਹੈ ਦੌਲਤਖਾਨ ਲੋਦੀ 1500 ਈਸਵੀ ਤੋਂ ਲੈ ਕੇ 1525 ਈਸਵੀ ਤੱਕ ਪੰਜਾਬ ਦਾ ਸੂਬੇਦਾਰ ਸੀ ਅਗਲਾ ਕੁਐਸਚਨ ਹੈ 16ਵੀਂ ਸਦੀ ਦੇ ਸ਼ੁਰੂ ਵਿੱਚ ਪੰਜਾਬ ਦਾ ਸ਼ਾਸਕ ਕੌਣ ਸੀ ਉੱਤਰ ਹੈ ਦੌਲਤਖਾਨ ਲੋਦੀ ਅਗਲਾ ਕੁਐਸਚਨ ਹੈ ਪੰਜਾਬ ਦੇ ਤਿਕੋਣੇ ਸੰਘਰਸ਼ ਤੋਂ ਕੀ ਭਾਵ ਹੈ ਉੱਤਰ ਹੈ 16ਵੀਂ ਸਦੀ ਦੇ ਆਰੰਭ ਵਿੱਚ ਇਬਰਾਹਿਮ ਲੋਦੀ ਦੌਲਤਖਾਨ ਲੋਦੀ ਅਤੇ ਬਾਬਰ ਵਿਚਾਲੇ ਚਲੇ ਸੰਘਰਸ਼ ਨੂੰ ਤ੍ਰਿਕੋਣੀ ਸੰਘਰਸ਼ ਦਾ ਨਾਮ ਦਿੱਤਾ ਗਿਆ। ਅਗਲਾ ਕੁਐਸਚਨ ਹੈ ਬਾਬਰ ਕਿੱਥੋਂ ਦਾ ਸ਼ਾਸਕ ਸੀ? ਉੱਤਰ ਹੈ ਕਾਬਲ ਦਾ ਸ਼ਾਸਕ ਸੀ।